ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕੁਛ ਐਸੇ ਸਵਾਲ ਹੈਗੇ ਸੀ ਜਿਹੜੇ ਕਿ ਮੈਂ ਅੱਜ ਸਰ ਤੋਂ ਪੁੱਛਾਂਗਾ। ਸਾਨੂੰ ਕੁਛ ਜਿਹੜੀਆਂ ਨੈਨੀਜ਼ ਹੈਗੀਆਂ ਜਿਹੜੀਆਂ ਕਿ ਸਾਨੂੰ ਈਮੇਲਸ ਕਰਦੀਆਂ ਬਾਹਰੋਂ ਔਰ ਆਪਣੇ ਜਿਹੜੇ ਕੁਐਸਚਨਸ ਪੁੱਛਦੀਆਂ ਹੈਗੀਆਂ, ਲੇਕਿਨ ਸਾਡੇ ਜਿਹੜੀ ਦਿੱਕਤ ਇਹ ਆਉਂਦੀ ਹੈ ਵੀ ਅਸੀਂ ਜਿਹੜੀਆਂ ਨੈਨੀਜ਼ ਇੰਗਲਿਸ਼ ਨੂੰ ਨਹੀਂ ਸਮਝਦੀਆਂ ਔਰ ਪੰਜਾਬੀ ਦੇ ਵਿੱਚ ਜਿਹੜੀਆਂ ਹੈਗੀਆਂ ਉਹ ਹਰ ਚੀਜ਼ ਜਿਹੜੀਆਂ ਸਮਝਦੀਆਂ ਹੈਗੀਆਂ। ਅਤੇ ਸਰ ਨੂੰ ਮੈਂ ਕੁਐਸਚਨ ਇਹ ਕਰਾਂਗਾ ਵੀ ਸਰ ਮੈਨੂੰ ਉਹਨਾਂ ਦੇ ਜਿਹੜੇ ਜਵਾਬ ਹੈ ਉਹ ਪੰਜਾਬੀ ਦੇ ਵਿੱਚ ਦੱਸਣਗੇ। ਜਿਨ੍ਹਾਂ 'ਚੋਂ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਸਰ ਨੂੰ ਇਹ ਹੈਗਾ ਵੀ ਸਰ, ਜਿਸ ਤਰ੍ਹਾਂ ਇੰਗਲਿਸ਼ ਦੇ ਵਿੱਚ ਸਾਡੇ ਕੋਲ ਇੱਕ ਨੈਣੀ ਨੇ ਇਹ ਗੱਲ ਪੁੱਛੀ ਹੈਗੀ ਹੈ ਕਿ ਕੈਨ ਆਈ ਗੈਟ ਹੋਸਪਿਟਲ ਐਂਡ ਮੈਡੀਕਲ ਇੰਸ਼ੋਰੈਂਸ। ਅਤੇ ਸਰ, ਅਗਰ ਆਪਾਂ ਪੰਜਾਬੀ ਦੇ ਵਿੱਚ ਇਹਦਾ ਦੱਸਣਾ ਚਾਹੀਏ ਤਾਂ ਸਰ ਆਪਾਂ ਇਹਨੂੰ ਕਿਸ ਤਰ੍ਹਾਂ ਜਿਹੜਾ ਹੈਗਾ ਪੰਜਾਬੀ ਦੇ ਵਿੱਚ ਇਸਦੇ ਟ੍ਰਾਂਸਲੇਸ਼ਨ ਕਰਾਂਗੇ ਸਰ ਜੀ? ਸਤਿ ਸ਼੍ਰੀ ਅਕਾਲ ਦੋਸਤੋ, ਬਾਬਾ ਦੀਪ ਸਿੰਘ ਇੰਸਟੀਚਿਊਟ ਚੈਨਲ ਵੱਲੋਂ ਤੁਹਾਡਾ ਸਵਾਗਤ ਹੈ। ਪੱਲਾ ਸਰ, ਜਿਵੇਂ ਪਹਿਲਾਂ ਪੁੱਛਦੇ ਸੀ ਕੁਐਸਚਨ, ਤਾਂ ਬੜੀ ਅੱਛੀ ਗੱਲ ਹੈ, ਉਹ ਇੱਕ ਰਿਪ੍ਰਜੈਂਟ ਕਰਦੇ ਹਨ ਆਡੀਅੰਸ ਨੂੰ, ਚਾਹੇ ਉਹ ਲਿਵਿੰਗ ਕੇਅਰ ਹਨ ਜਾਂ ਨੈਨੀ ਕੇਅਰ ਜਾਂ ਡੀ ਐੱਮ ਐੱਲ ਡੀ ਜਾਂ ਸੀ ਐੱਮ ਐੱਸ ਈ ਡੀ, ਉਹ ਉਹਨਾਂ ਦੇ ਜਿਹੜੇ ਕੁਐਸਚਨ ਹੁੰਦੇ ਹਨ ਇਨਡਾਇਰੈਕਟਲੀ ਮੇਰੇ ਤੋਂ ਪੁੱਛਦੇ ਹਨ ਅਤੇ ਤੁਹਾਡੇ ਤੱਕ ਅਸੀਂ ਉਹ ਜਵਾਬ ਲੈ ਕੇ ਪਹੁੰਚ ਜਾਂਦੇ ਹਾਂ। ਜਿਸ ਤਰ੍ਹਾਂ ਕਿ ਮੇਰੇ ਕੋਲ ਵੀ ਇੱਕ ਕਾਗਜ਼ ਹੈ, ਤਾਂ ਐਜ਼ ਏ ਲਿਵਿੰਗ ਕੇਅਰ ਗਿਵਰ ਕੈਨ ਆਈ ਗੈਟ ਹੋਸਪਿਟਲ ਐਂਡ ਮੈਡੀਕਲ ਇੰਸ਼ੋਰੈਂਸ? ਇੱਕ ਆਮ ਤੌਰ 'ਤੇ ਇੱਕ ਜਿਹੜੀ ਨੈਨੀ ਹੈ, ਲੜਕਾ ਜਾਂ ਲੜਕੀ, ਉਹ ਕਿਸੇ ਦੇ ਘਰ 'ਚ ਰਹਿ ਰਹੀ ਹੈ ਤਾਂ ਉਹ ਸਾਨੂੰ ਈਮੇਲ ਕਰਕੇ ਪੁੱਛਦੀ ਹੈ ਕਿ ਮੈਨੂੰ ਹੋਸਪਿਟਲ ਅਤੇ ਮੈਡੀਕਲ ਇੰਸ਼ੋਰੈਂਸ ਕੀ ਮਿਲੇਗਾ? ਤਾਂ ਅਸੀਂ ਉਹਦਾ ਅਕਸਰ ਜਵਾਬ ਇੰਗਲਿਸ਼ ਵਿੱਚ ਹੀ ਦਿੰਦੇ ਹਾਂ ਅਤੇ ਅੱਜ ਉਹਦਾ ਪੰਜਾਬੀ ਅਨੁਵਾਦ ਕਰਦੇ ਹਾਂ ਜੋ ਅਸੀਂ ਈਮੇਲ ਉਹਨੂੰ ਦੱਸਦੇ ਹੈਗੇ। ਧਿਆਨ ਨਾਲ ਤੁਸੀਂ ਸੁਣਨੀ ਹੈ। ਅੰਡਰ ਕੈਨੇਡਾਜ਼ ਹੈਲਥ ਇੰਸ਼ੋਰੈਂਸ ਸਿਸਟਮ, ਕੈਨੇਡਾ ਦੇ ਹੈਲਥ ਇੰਸ਼ੋਰੈਂਸ ਸਿਸਟਮ ਮੁਤਾਬਕ ਕੈਨੇਡੀਅਨ ਰੈਜੀਡੈਂਟ ਡੂ ਨੋਟ ਪੇ ਸਰਟਨ ਹੋਸਪਿਟਲ ਐਂਡ ਮੈਡੀਕਲ ਐਕਸਪੈਂਸਿਸ। ਜਿਹੜੇ ਕੈਨੇਡਾ ਦੇ ਪੀ ਆਰ ਹਨ ਉਹ ਕੁਛ ਹੋਸਪਿਟਲ ਦੇ ਮੈਡੀਕਲ ਐਕਸਪੈਂਸ ਪੇ ਨਹੀਂ ਕਰਦੇ। ਧਿਆਨ ਨਾਲ ਸੁਣਨਾ। ਡਿਪੈਂਡਿੰਗ ਵੇਅਰ ਯੂ ਵਰਕ, ਇਹ ਡਿਪੈਂਡ ਕਰਦਾ ਜਿੱਥੇ ਤੁਸੀਂ ਨੈਨੀ ਕੰਮ ਕਰ ਰਹੀ ਹੈਗੀ, ਯੂ ਮੇ ਨੀਡ ਟੂ ਵੇਟ ਫੋਰ ਏ ਪੀਰੀਅਡ ਆਫ ਟਾਈਮ ਬਿਫੋਰ ਯੂ ਆਰ ਐਲੀਜੀਬਲ ਫੋਰ ਪਬਲਿਕ ਹੈਲਥ ਇੰਸ਼ੋਰੈਂਸ। ਜਿਹੜੀ ਗੌਰਮੈਂਟ ਦੀ ਹੈਲਥ ਇੰਸ਼ੋਰੈਂਸ ਦੀ ਸਕੀਮ ਹੈ ਜਿਹਨੂੰ ਪਬਲਿਕ ਹੈਲਥ ਇੰਸ਼ੋਰੈਂਸ ਕਹਿੰਦੇ ਹੈ, ਤੁਹਾਡਾ ਉੱਥੇ ਕੁਛ ਚਿਰ ਪੀਰੀਅਡ 2-3-4 ਮਹੀਨੇ ਲੱਗਣਗੇ ਤੁਹਾਨੂੰ ਪਬਲਿਕ ਹੈਲਥ ਇੰਸ਼ੋਰੈਂਸ ਦੇ ਅੰਡਰ ਕਵਰ ਪ੍ਰਾਪਤ ਕਰਨ ਲਈ, ਟਾਈਮ ਲੱਗਦਾ ਉਹਦੇ ਲਈ। ਯੂਅਰ ਇੰਪਲਾਇਰ ਮਸਟ ਪੇ ਫੋਰ ਯੂ ਟੂ ਕਵਰਡ ਬਾਈ ਅਪਲਾਈ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਅੰਟਿਲ ਯੂ ਆਰ ਐਲੀਜੀਬਲ ਫੋਰ ਪਬਲਿਕ ਹੈਲਥ ਇੰਸ਼ੋਰੈਂਸ। ਭਾਵ ਇਹ ਹੈਗਾ ਕਿ ਜਿਹੜਾ ਤੁਹਾਡਾ ਇੰਪਲਾਇਰ ਹੈ ਤੁਹਾਨੂੰ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਦੇ ਅੰਡਰ ਕਵਰ ਕਰ ਲਏਗਾ ਜਦ ਤੱਕ ਕਿ ਤੁਸੀਂ ਪਬਲਿਕ ਹੈਲਥ ਇੰਸ਼ੋਰੈਂਸ ਗੌਰਮੈਂਟ ਵੱਲੋਂ ਪ੍ਰਾਪਤ ਨਹੀਂ ਕਰਦੇ। ਯੂਅਰ ਇੰਪਲਾਇਮੈਂਟ ਕੰਟਰੈਕਟ, ਜਿਹੜਾ ਤੁਸੀਂ ਕੰਟਰੈਕਟ ਕਰਦੇ ਹੋ ਜਦੋਂ ਤੁਸੀਂ ਉੱਥੇ ਇੰਡੀਆ ਬੈਠੇ ਹੁੰਦੇ ਹੋ, ਤਾਂ ਤੁਹਾਡੇ ਇੰਪਲਾਇਮੈਂਟ ਕੰਟਰੈਕਟ ਤੁਹਾਡੇ ਕੋਲ ਆਉਂਦਾ ਹੈ, ਤਾਂ ਅੱਖਾਂ ਮੀਚ ਕੇ ਨਹੀਂ ਸਾਈਨ ਕਰਨੇ, ਉਸ ਇੰਪਲਾਇਮੈਂਟ ਕੰਟਰੈਕਟ ਨੂੰ ਦੇਖਣਾ। ਸ਼ੁੱਡ ਸਟੇਟ ਦੈਟ ਯੂਅਰ ਇੰਪਲਾਇਰ ਹੈਜ਼ ਪੇਡ ਫੋਰ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਫੋਰ ਯੂ। ਇਹ ਚੈੱਕ ਕਰੋ ਕਿ ਤੁਹਾਡਾ ਇੰਪਲਾਇਰ ਨੇ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਵਿੱਚ ਤੁਹਾਡੀ ਪੇਮੈਂਟ ਕੀਤੀ ਹੈ। ਅਗਰ ਨਹੀਂ ਕੀਤੀ, ਕੱਲ੍ਹ ਨੂੰ ਆ ਕੇ ਤੁਸੀਂ ਸ਼ਿਕਾਇਤ ਨਹੀਂ ਕਰ ਸਕਦੇ। ਲਾਂਭਾ ਕਿਸੇ ਨੂੰ ਨਹੀਂ ਦੇ ਸਕਦੇ, ਕਿਉਂਕਿ ਕੰਟਰੈਕਟ ਦੇ ਵਿੱਚ ਸਿਰਫ ਇਹ ਨਹੀਂ ਲਿਖਿਆ ਕਿ ਕੈਨੇਡਾ ਆ ਕੇ ਗ੍ਰੀਨ ਪਾਸਚਰ ਜਾਂ ਹਰੀਆਂ ਭਰੀਆਂ ਖੇਤੀਆਂ ਮਾਣੋਗੇ, ਸ਼ੁੱਧ ਦੇਸੀ ਘਿਓ ਦੇ ਦੁੱਧ ਪੀਓਗੇ। ਤਾਂ ਆਪਾਂ ਉਸ ਚੱਕਾਚੌਂਦ ਵਿੱਚ ਗਲੈਮਰਸ ਟਾਈਮ ਹੁੰਦਾ ਸਾਡਾ ਕਿ ਕੈਨੇਡਾ ਦਾ LMIA ਆ ਗਈ ਹੈ, ਜੋਬ ਆਫਰ ਆ ਗਈ ਹੈ, ਕੰਟਰੈਕਟ ਆ ਗਿਆ, ਬਸ ਪੜ੍ਹਨਾ ਕੀ ਹੈ, ਸਾਈਨ ਕਰ ਦਿੰਦੇ। ਕਹਿਣ ਦਾ ਭਾਵ ਮੈਂ ਪੰਜਾਬੀ 'ਚ ਦੱਸਦਾ ਹੈਗਾ ਕਿ ਜਿਵੇਂ ਕ੍ਰਾਈਮ ਹੈ ਇੰਡੀਆ 'ਚ, ਕ੍ਰਾਈਮ ਬਾਹਰਲੇ ਦੇਸ਼ਾਂ 'ਚ ਵੀ ਹੈਗਾ, ਐਸੀ ਗੱਲ ਨਹੀਂ ਹੈ, ਕ੍ਰਾਈਮ ਹੈਗਾ। ਇਸ ਕਰਕੇ ਇੰਪਲਾਇਰ ਡਿੱਚ ਕਰ ਜਾਂਦੇ ਆ ਜੀ, ਜਿਵੇਂ ਇੱਥੇ ਕਰਦੇ ਹੈਗੇ। ਤਾਂ ਤੁਹਾਨੂੰ ਲਿਖਤੀ ਰੂਪ 'ਚ ਉਹਦੀ ਸਿਕਿਉਰਿਟੀ ਲੈਣੀ ਚਾਹੀਦੀ ਹੈ, ਤੁਹਾਨੂੰ ਅਵੇਅਰ ਹੋਣਾ ਚਾਹੀਦਾ। ਅੱਜ 2019 ਚੱਲ ਰਿਹਾ, 2019 ਚੱਲ ਰਿਹਾ, 2019, ਤਾਂ 19-20 ਦਾ ਵੀ ਫਰਕ ਜਿਹੜਾ ਹੈ 2019 ਕਰ ਦੇਗਾ ਤੁਹਾਨੂੰ। ਹੁਣ ਧਿਆਨ ਨਾਲ ਅੱਗੇ ਦੇਖਣਾ, ਵੈਨ ਯੂ ਅਰਾਈਵ ਇਨ ਕੈਨੇਡਾ, ਜਦੋਂ ਤੁਸੀਂ ਕੈਨੇਡਾ ਵਿੱਚ ਆਓ, ਸਭ ਤੋਂ ਪਹਿਲਾਂ ਕੰਮ ਕੀ ਹੈ, ਕੰਟੈਕਟ ਦਾ ਮੈਡੀਕਲ ਕੇਅਰ ਔਰ ਹੋਸਪਿਟਲ ਇੰਸ਼ੋਰੈਂਸ ਆਫਿਸ। ਨੈੱਟ 'ਤੇ ਪਾਓ ਮੈਡੀਕਲ ਕੇਅਰ ਜਾਂ ਹੋਸਪਿਟਲ ਇੰਸ਼ੋਰੈਂਸ ਆਫਿਸ ਜੋ ਗੌਰਮੈਂਟ ਦਾ ਹੋਏਗਾ, ਉਹਨੂੰ ਕੰਟੈਕਟ ਕਰੋ। ਇਨ ਪ੍ਰੋਵਿੰਸ ਔਰ ਟੈਰੀਟਰੀ ਵੇਅਰ ਯੂ ਵਰਕ, ਜਿਹੜੀ ਸਟੇਟ ਵਿੱਚ, ਜਿਹੜੀ ਪ੍ਰੋਵਿੰਸ ਵਿੱਚ, ਜਿਹੜੀ ਟੈਰੀਟਰੀ ਵਿੱਚ, ਐਲਬਰਟਾ 'ਚ ਜਾਂ ਜਿੱਥੇ ਵੀ ਤੁਸੀਂ ਕੰਮ ਕਰ ਰਹੇ ਹੋ BC ਵਿੱਚ, ਉਸ ਦੀ ਪ੍ਰੋਵਿੰਸ ਦੇ ਆਫਿਸ ਨੂੰ ਕੰਟੈਕਟ ਕਰੋ। ਦੈਟ ਆਫਿਸ ਕੈਨ ਟੈਲ ਯੂ ਵੈਨ ਯੂ ਵਿਲ ਬੀ ਐਲੀਜੀਬਲ ਫੋਰ ਪਬਲਿਕ ਹੈਲਥ ਇੰਸ਼ੋਰੈਂਸ। ਉਹ ਦੱਸੂਗਾ ਆਫਿਸ ਕਿ ਤੁਸੀਂ ਕਿੰਨੇ ਮਿਆਦ ਤੋਂ ਬਾਅਦ ਐਲੀਜੀਬਲ ਹੋ ਗੌਰਮੈਂਟ ਦੀ ਪਬਲਿਕ ਹੈਲਥ ਇੰਸ਼ੋਰੈਂਸ ਵਾਸਤੇ। ਯੂ ਕੈਨ ਫਾਈਂਡ ਦਿਸ ਇਨਫੋਰਮੇਸ਼ਨ ਇਨ ਗੌਰਮੈਂਟ ਸੈਕਸ਼ਨ ਆਫ ਦੀ ਟੈਲੀਫੋਨ ਡਾਇਰੈਕਟਰੀ। ਤੁਹਾਨੂੰ ਉਸ ਪ੍ਰੋਵਿੰਸ ਦੀ ਟੈਲੀਫੋਨ ਡਾਇਰੈਕਟਰੀ ਅਗਰ ਨੈੱਟ 'ਤੇ ਪਾਓਗੇ,
ਉੱਥੋਂ ਵੀ ਮਿਲ ਜਾਏਗਾ ਇਹ ਡਿਟੇਲ। ਔਰ ਔਨ ਪ੍ਰੋਵਿੰਸ਼ੀਅਲ ਐਂਡ ਟੈਰੀਟੋਰੀਅਲ ਗੌਰਮੈਂਟ ਵੈਬਸਾਈਟ, ਜਿਹੜੀ ਟੈਰੀਟਰੀ ਦੇ ਵਿੱਚ ਤੁਸੀਂ ਜਿਵੇਂ ਪਟਿਆਲਾ ਆਪਾਂ ਰਹਿੰਦੇ ਹਾਂ, ਪਟਿਆਲੇ ਦੀ ਗੌਰਮੈਂਟ ਦੀ ਵੈਬਸਾਈਟ ਹੁੰਦੀ ਹੈ, ਇਸ ਤਰ੍ਹਾਂ ਹੀ ਬੀ ਸੀ ਦੀ ਵੈਬਸਾਈਟ ਹੈ, ਬ੍ਰਿਟਿਸ਼ ਕੋਲੰਬੀਆ ਦੀ ਵੈਬਸਾਈਟ ਹੈ, ਤਾਂ ਉਸਦੀ ਸਾਈਟ ਵੈਬਸਾਈਟ 'ਤੇ ਜਾਓਗੇ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਪੈਬਲਿਕ ਹੈਲਥ ਇੰਸ਼ੋਰੈਂਸ ਦੇ ਤੁਸੀਂ ਐਲੀਜੀਬਲ ਉਸਨੂੰ ਲੈਣ ਦੇ ਕਦੋਂ ਹੋ ਜਾਓਗੇ। ਇਹ ਤੁਹਾਨੂੰ ਮੈਂ ਜਿਨ੍ਹਾਂ ਨੂੰ ਅੰਗਰੇਜ਼ੀ ਵਿੱਚ ਮੈਂ ਅਨੁਵਾਦ ਦੱਸਿਆ ਸੀ, ਇਹ ਪੰਜਾਬੀ ਵਿੱਚ ਤੁਹਾਨੂੰ ਸਰਲ ਇਹਦਾ ਅਨੁਵਾਦ ਦੱਸਿਆ ਹੈਗਾ, ਤਾਂ ਕਿ ਤੁਹਾਡੇ ਮਨ 'ਚ ਇਹ ਕੁਐਰੀ ਐਜ਼ ਏ ਲਿਵਿੰਗ ਕੇਅਰ ਗਿਵਰ ਕਹਿਣਾ ਹੀ ਗੈਟ ਹੋਸਪਿਟਲ ਐਂਡ ਮੈਡੀਕਲ ਇੰਸ਼ੋਰੈਂਸ ਅਤੇ ਸਾਫ਼ ਸਪਸ਼ਟ ਰੂਪ ਦੇ ਵੀ ਤੁਹਾਡੇ ਸਾਹਮਣੇ ਆ ਜਾਏ। ਹਾਂਜੀ, ਅਗਲਾ ਕੀ ਕੁਐਸਚਨ ਹੈ ਜੀ? ਸਰ, ਮੇਰਾ ਦੂਸਰਾ ਕੁਐਸਚਨ ਇਹ ਹੈਗਾ ਸੀ ਵੀ ਐਨ ਓ ਸੀ ਦੇ ਨਾਲ ਸਰ ਜਿਹੜਾ ਹੈ ਤੁਹਾਡਾ ਕੀ ਅਭਿਪ੍ਰਾਏ ਹੈਗਾ? ਐਨ ਓ ਸੀ ਆਮ ਤੌਰ 'ਤੇ ਅਸੀਂ ਇੰਡੀਆ ਵਿੱਚ ਇਹਦਾ ਮਤਲਬ ਸਮਝਦੇ ਹਾਂ ਨੋ ਓਬਜੈਕਸ਼ਨ ਸਰਟੀਫਿਕੇਟ, ਪਰ ਕੈਨੇਡਾ ਵਿੱਚ ਐਨ ਓ ਸੀ ਦਾ ਮਤਲਬ ਦੋਸਤੋ ਹੈਗਾ ਨੈਸ਼ਨਲ ਓਕੂਪੇਸ਼ਨਲ ਕਲਾਸੀਫਿਕੇਸ਼ਨ, ਯਾਨੀ ਕਿ ਜਿਹੜੇ ਜਿਹੜੇ ਕਿੱਤੇ ਹੈਗੇ, ਜਿਹੜੇ ਕਿੱਤੇ ਹੈ ਓਕੂਪੇਸ਼ਨ ਹੈ, ਉਹਨਾਂ ਦੀ ਕਲਾਸੀਫਿਕੇਸ਼ਨ ਵਰਗੀਕਰਨ ਕੀਤਾ ਹੋਇਆ। ਜਿਵੇਂ ਕਿ ਹੁਣ ਧਿਆਨ ਨਾਲ ਦੇਖੋ, ਜਿਵੇਂ ਮੈਂ ਜਵਾਬ ਦਿੱਤਾ ਹੈ, ਰਜਿਸਟਰਡ ਨਰਸਿਸ ਹੈ ਜਿਹੜੀਆਂ ਆਰ ਐੱਨ ਹੈ, ਰਜਿਸਟਰਡ ਸਕੈਟਰਿੰਗ ਨਰਸ ਹੈ, ਉਹਨਾਂ ਦਾ ਐਨ ਓ ਸੀ 30-12। ਇਸ ਤਰ੍ਹਾਂ ਹੀ ਜਿਹੜੀਆਂ ਲਾਇਸੈਂਸਡ ਪ੍ਰੈਕਟੀਕਲ ਨਰਸਿਸ ਹੈ, ਉਹਨਾਂ ਦਾ ਐਨ ਓ ਸੀ 32-33 ਹੈ ਉਹਨਾਂ ਦੀ ਕੈਟੇਗਰੀ। ਇਸ ਤਰ੍ਹਾਂ ਹੀ ਨਰਸ ਅਸਿਸਟੈਂਟ ਏ ਡੀਜ਼, ਆਰਡਰਲੀਜ਼, ਪੇਸ਼ੈਂਟ ਸਰਵਿਸ ਐਸੋਸੀਏਟ, ਉਹਨਾਂ ਦਾ ਐਨ ਓ ਸੀ 34-13। ਅਤੇ ਇਸ ਤਰ੍ਹਾਂ ਹੀ ਹੋਮ ਸਪੋਰਟ ਵਰਕਰ ਐਂਡ ਰਿਲੇਟਿਡ ਓਕੂਪੇਸ਼ਨ ਬਟ ਨੋਟ ਹਾਊਸ ਕੀਪਰ ਐਂਡ ਰਿਲੇਟਿਡ ਓਕੂਪੇਸ਼ਨ ਐਨ ਓ ਸੀ 44-12। ਤਾਂ ਇਹ ਐਨ ਓ ਸੀ ਕੀ ਹੈ? ਇਹਨਾਂ ਦੀ ਕੈਟੇਗਰੀ ਹੈ, ਉਹ ਕੈਟੇਗਰੀ ਹਰ ਸਾਲ ਵਕਤ ਦਰ ਵਕਤ ਚੇਂਜ ਹੁੰਦੀ ਹੈ, ਉਹਨਾਂ ਦੀ ਕੈਟੇਗਰੀਆਂ ਦੀਆਂ ਡੈਫੀਨੇਸ਼ਨਾਂ ਚੇਂਜ ਹੁੰਦੀਆਂ, ਉਹਦੇ ਨਾਲ ਰਿਲੇਟਿਡ ਹੀ ਪੀ ਆਰ ਪੈਂਦੀ ਹੈਗੀ। ਹਾਂਜੀ ਸਰ, ਇਹ ਸਕਿੱਲ ਲੈਵਲ ਟਾਈਪ ਏ, ਲੈਵਲ ਟਾਈਪ 0, ਲੈਵਲ ਟਾਈਪ ਬੀ ਅਤੇ ਲੈਵਲ ਟਾਈਪ ਸੀ ਸਰ ਕੀ ਹੈ? ਦੋਸਤੋ, ਜਿਸ ਤਰ੍ਹਾਂ ਐਨ ਓ ਸੀ ਬਾਰੇ ਦੱਸਿਆ, ਇਸ ਤਰ੍ਹਾਂ ਹੀ ਐਨ ਜਿਹੜੀ ਸਕਿੱਲ ਟਾਈਪ ਹੈ 0 ਵੀ ਹੋ ਸਕਦੀ ਹੈ, ਜਾਂ ਤੁਸੀਂ ਉਹਨੂੰ ਓ ਕਹੋ ਤਾਂ ਗਲਤ ਹੋਏਗਾ, 0 ਕਹਿਣਾ। ਸਕਿੱਲ ਲੈਵਲ ਏ ਹੋ ਸਕਦੀ ਹੈ, ਸਕਿੱਲ ਲੈਵਲ ਬੀ ਹੋ ਸਕਦੀ ਹੈ, ਸਕਿੱਲ ਲੈਵਲ ਸੀ ਹੋ ਸਕਦੀ ਹੈ, ਸਕਿੱਲ ਲੈਵਲ ਡੀ ਹੈ। ਜਿਵੇਂ ਮੈਂ ਈਮੇਲ 'ਚ ਬਹੁਤੇ ਪਤਵੰਤਿਆਂ ਨੂੰ ਦੱਸਿਆ ਹੈਗਾ, ਸਕਿੱਲ ਲੈਵਲ 0 ਦਾ ਮਤਲਬ ਹੈ ਮੈਨੇਜਮੈਂਟ ਜੋਬ, ਮੈਨੇਜਮੈਂਟ ਦੀਆਂ ਜੋਬਸ, ਜਿਵੇਂ ਕਿ ਰੈਸਟੋਰੈਂਟ ਦਾ ਮੈਨੇਜਰ ਹੈ, ਜਿਵੇਂ ਕਿ ਮਾਈਨ ਮੈਨੇਜਰ ਹੈ, ਇੱਕ ਜਿਹੜੀ ਆਪਾਂ ਮਾਈਨ ਜਿਹੜੀ ਖਾਣ ਹੁੰਦੀ ਹੈ ਉਹਦਾ ਮੈਨੇਜਰ ਹੈ, ਸ਼ੋਰ ਕੈਪਟਨ ਹੈ, ਕੋਈ ਫਿਸ਼ਿੰਗ ਦਾ ਸ਼ੋਰ ਕੈਪਟਨ ਹੈ, ਤਾਂ ਇਹਦਾ ਸਕਿੱਲ ਟਾਈਪ 0 ਹੈ। ਉਸ ਤੋਂ ਬਾਅਦ ਸਕਿੱਲ ਲੈਵਲ ਏ, ਸਕਿੱਲ ਲੈਵਲ ਏ ਪ੍ਰੋਫੈਸ਼ਨਲ ਜੋਬਸ ਹੈਗੀਆਂ ਜਿਹੜੀਆਂ ਕਿ ਯੂਜਲੀ ਕਾਲ ਫੋਰ ਡਿਗਰੀ ਫਰੋਮ ਏ ਯੂਨੀਵਰਸਿਟੀ, ਜਿਵੇਂ ਕਿ ਡਾਕਟਰ, ਡੈਂਟਿਸਟ ਅਤੇ ਆਰਕੀਟੈਕਟ ਹੈਗੇ, ਉਹ ਟੈਸਟ ਕਰਕੇ ਪਹੁੰਚਣਗੇ, ਕਿਉਂਕਿ ਇੰਡੀਆ ਤੋਂ ਸਿੱਧਾ ਡਾਕਟਰ ਦਾ ਵੀ ਸਕਿੱਲ ਲੈਵਲ ਏ 'ਚ ਆ ਜਾਏਗਾ। ਉਸ ਤੋਂ ਬਾਅਦ ਹੈ ਸਕਿੱਲ ਲੈਵਲ ਬੀ, ਟੈਕਨੀਕਲ ਜੋਬਸ ਹੈ, ਸਕਿੱਲ ਟ੍ਰੇਡਸ ਹੈ ਦੈਟ ਯੂਜਲੀ ਕਾਲ ਫੋਰ ਕਾਲਜ ਡਿਪਲੋਮਾ ਔਰ ਟ੍ਰੇਨਿੰਗ ਐਜ ਐਨ ਐਪਰੈਂਟਿਸ਼ਿਪ, ਜਿਨ੍ਹਾਂ ਵਿੱਚ ਕਾਲਜ ਡਿਪਲੋਮਾ ਮੰਗਿਆ ਹੁੰਦਾ ਜਾਂ ਐਪਰੈਂਟਿਸ ਮੰਗੀ ਹੁੰਦੀ ਹੈ, ਉਹ ਕਿਹੜੇ ਹੈ? ਸ਼ੈਫ ਹੈ, ਪਲੰਬਰ ਹੈ ਅਤੇ ਇਲੈਕਟ੍ਰੀਸ਼ੀਅਨ ਹੈ। ਸਕਿੱਲ ਲੈਵਲ ਸੀ, ਸਕਿੱਲ ਲੈਵਲ ਸੀ ਦੇ ਵਿੱਚ ਉਹ ਇੰਟਰਮੀਡੀਏਟ ਵਿਚੋਲੀਆ ਜੋਬ ਹੈ ਦੈਟ ਯੂਜਲੀ ਕਾਲ ਫੋਰ ਹਾਈ ਸਕੂਲ ਡਿਪਲੋਮਾ, ਜਿਹਨਾਂ ਵਿੱਚ ਹਾਈ ਸਕੂਲ ਡਿਪਲੋਮਾ ਮੰਗਿਆ ਜਾਂ ਜੋਬ ਸਪੈਸੀਫਿਕ ਟ੍ਰੇਨਿੰਗ ਮੰਗੀ ਹੈ, ਤਾਂ ਉਹਦੇ 'ਚ ਕਿਹੜੇ ਹੈ? ਇੰਡਸਟਰੀ ਬਚਰ, ਇੰਡਸਟਰੀ ਬਚਰ ਤੋਂ ਭਾਵ ਹੈਗਾ ਜਿਹੜਾ ਇੰਡਸਟਰੀ ਦੇ ਵਿੱਚ ਸਲਾਊਟਰ ਹਾਊਸਿਸ 'ਚ ਕੰਮ ਕਰਦਾ ਹੈਗਾ, ਜਿਹੜਾ ਕਿ ਵੱਢਦਾ ਹੈਗਾ ਮੀਟ ਵਾਸਤੇ। ਲੌਂਗ ਹਾਲ ਟਰੱਕ ਡਰਾਈਵਰ, ਜੋ ਜੇ ਟਰੱਕ ਡਰਾਈਵਰ ਹੈਗੇ ਜਿਹੜੇ ਕਿ ਟਰੱਕਾਂ ਨੂੰ ਓਵਰਹਾਲ ਕਰਦੇ ਹੈ, ਉਹਨੂੰ ਖੋਲ੍ਹ ਕੇ ਉਹਨਾਂ ਦੀ ਮੁਰੰਮਤ ਕਰਦੇ ਹੈ, ਸਰਵਿਸ ਕਰਦੇ ਹੈ। ਅਤੇ ਫੂਡ ਐਂਡ ਬਿਵਰੇਜ, ਜਿਹੜੇ ਕਿ ਰੋਟੀ ਅਤੇ ਦਾਰੂ ਨਾਲ ਸੰਬੰਧਿਤ ਡਰਿੰਕਸ ਹੈ ਜਿਹੜੀਆਂ ਉਹ ਸਰਵ ਕਰਦੇ ਆ, ਉਹ ਸਕਿੱਲ ਲੈਵਲ ਸੀ 'ਚ ਆਉਂਦੇ ਆ। ਅਤੇ ਸਕਿੱਲ ਲੈਵਲ ਡੀ ਜਿਹੜਾ ਹੈਗਾ, ਸਕਿੱਲ ਲੈਵਲ ਡੀ ਵਿੱਚ ਪੀ ਆਰ ਨਹੀਂ ਵੇਅਰ ਹੋਏਗੀ। ਲੇਬਰ ਜੋਬ ਦੈਟ ਯੂਜਲੀ ਗਿਵ ਔਨ ਜੋਬ ਟ੍ਰੇਨਿੰਗ, ਜਿਵੇਂ ਕਿ ਫਰੂਟ ਪਿੱਕਰ, ਕਲੀਨਿੰਗ ਸਟਾਫ ਜਿਹੜੇ ਕਿ ਫਰੂਟ ਨੂੰ ਪੱਟਦੇ ਹੈਗੇ, ਕਲੀਨਿੰਗ ਸਟਾਫ, ਸਫਾ ਸਫਾਈ ਵਾਲੇ, ਅਤੇ ਆਇਲ ਫੀਲਡ ਵਰਕਰ ਜਿਹੜੇ ਕਿ ਆਇਲ ਫੀਲਡ ਦੇ ਉੱਪਰ ਕੰਮ ਕਰਦੇ ਹੈ, ਉਹ ਸਕਿੱਲ ਲੈਵਲ ਡੀ ਵਿੱਚ ਆਉਂਦੇ ਹੈਗੇ। ਤਾਂ ਦੋਸਤੋ, ਬਹੁਤ ਅੱਛੇ ਤਰ੍ਹਾਂ ਸਰ ਨੇ ਇਹ ਕੁਸ਼ਚਨ ਪੁੱਛੇ, ਅਤੇ ਅਸੀਂ ਜਿਹੜਾ ਅੰਗਰੇਜ਼ੀ ਵਿੱਚ ਜਵਾਬ ਦਿੰਦੇ ਹੈਗੇ ਉਸੀ ਦਾ ਅੰਗਰੇਜ਼ੀ ਈਮੇਲ ਦਾ ਜਿਹੜਾ ਕੁਸ਼ਚਨ ਸਰ ਨੇ ਪੁੱਛਿਆ ਉਸੀ ਦਾ ਅਸੀਂ ਜਵਾਬ ਤੁਹਾਨੂੰ ਪੰਜਾਬੀ ਵਿੱਚ ਦਿੱਤਾ, ਤਾਂ ਕਿ ਤੁਹਾਡੇ ਨਾਲ ਕਿਤੇ ਕੋਈ ਧੋਖਾ ਨਾ ਹੋਵੇ। ਤਾਂ ਦੋਸਤੋ, ਕਿਸੇ ਕੋਲੋਂ ਵੀ ਤੁਸੀਂ ਇਨਫੋਰਮੇਸ਼ਨ ਲੈਣ ਤੋਂ ਪਹਿਲਾਂ ਇਹ ਸੋਚ ਲਓ ਕਿ ਕੈਨੇਡਾ ਅੰਬੈਸੀ ਕਹਿੰਦੀ ਹੈ, ਸਾਫ਼ ਸਪਸ਼ਟ ਰੂਪ 'ਚ ਕਹਿੰਦੀ ਹੈ ਕਿ ਤੁਹਾਡਾ ਜਿਹੜਾ ਇੰਪਲਾਇਰ ਹੈ ਉਹ ਫਲਾਣੀ ਉਹਨਾਂ ਦੀ ਵੈਬਸਾਈਟ ਦੇ ਉੱਪਰ ਜਾਂ ਜਿਹੜੀ ਵੀ ਪ੍ਰਿਸਕ੍ਰਾਈਬ ਵੈਬਸਾਈਟ ਦੇ ਉੱਪਰ ਹੈਗੀਆਂ ਉਹਨਾਂ ਉੱਤੇ ਡਿਸਪਲੇ ਕਰੇ ਨੌਕਰੀ ਵਾਸਤੇ ਕਿ ਸਾਨੂੰ ਕੋਈ ਬੰਦਾ ਚਾਹੀਦਾ। ਜਦੋਂ ਉੱਥੇ 4 ਵਾਰੀ
ਉਹ ਐਡ ਚੱਲਣ ਦੇ ਬਾਵਜੂਦ ਮੀਨਾ ਕੋਈ ਰਿਸਪੋਂਸ ਨਹੀਂ ਆਉਂਦਾ, ਜਾਂ ਰਿਸਪੋਂਸ ਆਉਂਦਾ ਤਾਂ ਉਹਦੀ ਵੀਡੀਓਗ੍ਰਾਫੀ ਕਰ ਵੀ ਕੀਤੀ ਵੀ ਜਾਂਦੀ ਹੈ ਕਿਹਦੇ ਵੱਲੋਂ, ਇੰਪਲਾਇਰ ਵੱਲੋਂ, ਅਤੇ ਉਸਨੂੰ ਭਰੋਸੇਯੋਗ ਕੋਈ ਰਿਲਾਇਬਲ ਆਪਣੇ ਕਲਚਰ ਦਾ ਸੂਟੇਬਲ ਕੈਂਡੀਡੇਟ ਨਹੀਂ ਮਿਲਦਾ ਤਾਂ ਉਹ ਫੋਰਨ ਟੈਂਪਰੇਰੀ ਵਰਕਰ ਯਾਨੀ ਕਿ FTW ਮੰਗਾ ਸਕਦਾ। ਧੰਨਵਾਦ ਦੋਸਤੋ, ਇੱਥੇ ਹੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਦੂਸਰਾ, ਤੁਸੀਂ ਸਾਨੂੰ ਲਾਈਕ ਕੀਤਾ, ਸਬਸਕ੍ਰਾਈਬ ਕੀਤਾ ਅਤੇ ਇਵੇਂ ਹੀ ਅੱਗੇ ਕਰਦੇ ਰਹੋਗੇ। ਬਾਬਾ ਦੀਪ ਸਿੰਘ ਇੰਡੋ ਅਮੈਰੀਕਨ ਇੰਸਟੀਚਿਊਟ ਸਰਹੰਦ ਰੋਡ, ਕਮਲ ਕਲੋਨੀ, ਗਲੀ ਨੰਬਰ 4, ਪਟਿਆਲਾ। ਵੈਬਸਾਈਟ ਹੈ www.paramedicalindia.com। ਧੰਨਵਾਦ ਦੋਸਤੋ।